ਦੀਨਾਨਗਰ ਤੋਂ ਬਿਹਾਮਪੁਰ ਰੋਡ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਰੇਲਵੇ ਓਵਰ ਬ੍ਰਿਜ ਦੇ ਉੱਪਰ ਕੰਮ ਕਰ ਰਹੇ ਨੌਜਵਾਨ ਬਲਦੇਵ ਸਿੰਘ ਦੀ ਕੰਮ ਕਰਦਿਆਂ ਉੱਪਰੋਂ ਥੱਲੇ ਡਿੱਗਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪਿੰਡ ਠੱਠਿਆ ਖੁਦਰ ਜ਼ਿਲ੍ਹਾ ਤਰਨ ਤਾਰਨ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਹੱਲੇ ਨੌਜਵਾਨ ਕੱਲ੍ਹ ਹੀ ਆਪਣੇ ਪਰਿਵਾਰ ਨਾਲ ਹੋਲੀ ਮਨਾ ਕੇ ਵਾਪਸ ਆਇਆ ਸੀ ਅਤੇ ਰੇਲਵੇ ਬ੍ਰਿਜ ਦੇ ਉੱਪਰ ਕੰਸਟਰਕਸ਼ਨ ਦਾ ਕੰਮ ਕਰ ਰਿਹਾ ਸੀ। ਅਚਾਨਕ ਪੁਲ ਦੇ ਉੱਪਰੋਂ ਸੇਫਟੀ ਬੈਲਟ ਟੁੱਟਣ ਦੇ ਕਾਰਨ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਉਕਤ ਨੌਜਵਾਨ ਦੇ ਹੇਠਾਂ ਡਿੱਗਣ ਨਾਲ ਹੀ ਹਫੜਾ ਤਫੜੀ ਮੱਚ ਗਈ। ਉਸਦੇ ਨਾਲ ਕੰਮ ਕਰ ਰਹੇ ਨੌਜਵਾਨਾਂ ਵੱਲੋਂ ਉਸਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ, ਜਿੱਥੇ ਉਸਨੂੰ ਡਾਕਟਰਾਂ ਵੱਲੋਂ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਬਣ ਰਹੇ ਇਸ ਰੇਲਵੇ ਓਵਰ ਬ੍ਰਿਜ ਦੇ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ, ਪਰ ਹਾਲੇ ਤੱਕ ਰੇਲਵੇ ਓਵਰ ਬ੍ਰਿਜ ਦਾ ਕੰਮ ਪੂਰਾ ਨਹੀਂ ਹੋ ਰਿਹਾ ਹੈ, ਜਿਸ ਦੇ ਚੱਲਦੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਆਪਣੇ ਘਰਾਂ ਤੱਕ ਜਾਣ ਵਾਸਤੇ ਵੀ ਕਈ ਕਿਲੋਮੀਟਰ ਉੱਪਰੋਂ ਚੱਕਰ ਲਗਾ ਕੇ ਜਾਣਾ ਪੈ ਰਿਹਾ ਹੈ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਸਮਾਂ ਵੀ ਬਰਬਾਦ ਹੋ ਰਿਹਾ ਹੈ। ਇਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਨਿੱਜੀ ਸਕੂਲ ਜੋ ਕਿ ਇਸ ਰੇਲਵੇ ਕਰੋਸਿੰਗ ਤੋਂ ਅੱਗੇ ਹੈ, ਜਿਸ ਦੇ ਵਿੱਚ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਜਾਨ ਜੋਖਮ ਦੇ ਵਿੱਚ ਪਾ ਕੇ ਰੇਲਵੇ ਫਾਟਕ ਕਰੋਸ ਕਰਦੇ ਹੋਏ ਜੋ ਹੈ ਸਕੂਲ ਵਿਦਿਆਰਥੀ ਜਾਂਦੇ ਹਨ। ਵਿਦਿਆਰਥੀ ਤੋਂ ਇਲਾਵਾ ਸੈਂਕੜਾਂ ਦੀ ਗਿਣਤੀ ਵਿੱਚ ਜੋ ਹੈ ਲੋਕ ਸਮਾਂ ਬਚਾਉਣ ਦੇ ਚੱਕਰ ਵਿੱਚ ਇਸ ਰੇਲਵੇ ਲਾਈਨ ਨੂੰ ਕਰੋਸ ਕਰਦੇ ਹਨ। ਨਾ ਤਾਂ ਉੱਥੇ ਇਸ ਸਮੇਂ ਕੋਈ ਫਾਟਕ ਹੈ, ਜਿਸ ਕਾਰਨ ਕਿਸੇ ਵੀ ਸਮੇਂ ਕੋਈ ਸੜਕ ਹਾਦਸਾ ਪੇਸ਼ ਹੋ ਸਕਦਾ ਹੈ। ਆਓ ਸੁਣਦੇ ਹਾਂ ਹੋਰ ਇਸ ਬਾਰੇ ਕੀ ਕਹਿਣਾ ਹੈ ਲੋਕਾਂ ਦਾ। ਦੀਨਾਨਗਰ ਤੋਂ ਬਿਊਰੋ ਰਿਪੋਰਟ, AMI ਨਿਊਜ਼ ਪੰਜਾਬ। ਹਾਂਜੀ ਸਰ, ਕੀ ਨਾਂ ਤੁਹਾਡਾ ਤੇ ਕੀ ਗੱਲ ਹੋਈ ਸੀ? ਹਾਂਜੀ, ਕੀ ਗੱਲ ਹੋਈ ਸੀ ਜੀ? ਅੱਛਾ ਜੀ, ਅੱਛਾ ਜੀ, ਤੇ ਫਿਰ ਉਸਨੂੰ ਐਂਬੂਲੈਂਸ ਲੈਣ ਵਾਸਤੇ ਕੋਈ ਆਈ? ਉਹਨੂੰ ਐਂਬੂਲੈਂਸ ਲੈਣ ਆਈ ਕੋਈ? ਹਾਂਜੀ, ਠੀਕ ਹੈ ਜੀ। ਅਤੇ ਉਸ ਵੇਲੇ ਸਾਹ ਲੈਂਦਾ ਪਿਆ ਸੀ? ਹਾਂਜੀ, ਠੀਕ। ਉਸ ਤੋਂ ਬਾਅਦ ਦਾ ਕੋਈ ਪਤਾ ਤੁਹਾਨੂੰ? ਕੀ ਆਵਾਜ਼ ਸੀ ਆਈ? ਮੈਂ ਦੇਖਿਆ ਉੱਥੇ, ਫਿਰ ਸਾਰੇ ਲੋਕ ਆਪਣੇ ਸਾਡੀ ਮਾਰਕੀਟ ਦੇ ਇਕੱਠੇ ਹੋ ਕੇ ਦੇਖ ਲਿਆ ਪਿਆ ਕਿ ਗੱਲ ਕੀ ਹੋਈ ਆ। ਬਸ ਇੱਦਾਂ ਨਹੀਂ ਬਹਿ ਨਹੀਂ ਪਾ ਲੱਗਾ, ਡਿੱਗਿਆ ਕਿਸ ਤਰ੍ਹਾਂ, ਇੱਦਾਂ ਮੂੰਹ ਭਰ ਸਿੱਧਾ ਥੱਲੇ ਡਿੱਗਿਆ ਸੀ ਉਹ ਬੰਦਾ। ਨਹੀਂ ਸਰ, ਕੁਛ ਨਹੀਂ ਲੱਗਿਆ ਹੁੰਦਾ, ਬੇਪਰਵਾਹ ਵਾਲੇ ਕੰਮ ਕਰਨ ਡੇ ਸਾਰੇ, ਕੁਛ ਨਹੀਂ ਲੱਗਾ ਹੁੰਦਾ ਇਹਨਾਂ ਦੇ। ਕਹੀਂ ਸੁਣਾ ਹੈ ਰਿਟੇਲ ਕੀ ਦੁਕਾਨ ਪਰ ਹੋਲਸੇਲ ਕਾ ਦਾਮ? ਜੀ ਹਾਂ, ਨਵਿਆ ਲੇਕਰ ਆਇਆ ਹੈ ਡਿਜ਼ਾਈਨਰ ਸੂਟਸ, ਕੁਰਤੀਜ਼ ਔਰ ਫੈਬਰਿਕਸ। ਸਭਸੇ ਸਸਤਾ ਸਭਸੇ ਅੱਛਾ, ਡਿਫੈਂਸ ਰੋਡ, ਮਮੂਲ, ਪਠਾਨਕੋਟ। ਕੰਟੈਕਟ 9614196141।